ਨਮਸਕਾਰ ਦੋਸਤੋ, ਸਰਦ ਕੇਸੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜੀਵ ਦਾਵੜਾ। ਇਸ ਵਕਤ ਲਾਈਵ ਹੋਏ ਹਾਂ ਫਾਜ਼ਿਲਕਾ ਗਲੀ ਚੌਧਰੀਆਂ ਵਾਲੀ ਰਾਜੂ ਦੁਪੱਟਾ ਹਾਊਸ ਤੋਂ। ਤੁਹਾਨੂੰ ਦੱਸ ਦਈਏ, ਅੱਜ ਇੱਕ ਸਾਡੇ ਤੱਕ ਜਾਣਕਾਰੀ ਪਹੁੰਚੀ ਸੀ, ਉਹ ਜ਼ਰੂਰ ਤੁਹਾਡੇ ਤੱਕ ਸਾਂਝੀ ਕਰਨੀ ਚਾਹੀਦੀ, ਕਿਉਂਕਿ ਜਿਹੜਾ ਹਮੇਸ਼ਾ ਕੁਛ ਨਾ ਕੁਛ ਜਦੋਂ ਅੱਛੀ ਚੀਜ਼ ਕੋਈ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ। ਤਾਂ ਕੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਜਾਣੂ ਕਰਾਉਣੇ ਆ। ਇਸ ਵਕਤ ਅਸੀਂ ਮੌਜੂਦ ਹਾਂ ਗਲੀ ਚੌਧਰੀਆਂਵਾਲੀ ਦੇ ਵਿੱਚ, ਜਿੱਥੇ ਕੁਛ ਦੁਕਾਨਦਾਰ ਬੈਠੇ ਹੈ ਅਤੇ ਦੁਕਾਨ ਦੇ ਜੋ ਕਿਰਾਏਦਾਰ ਸੀ, ਅੱਜ ਤੋਂ 20 ਸਾਲ ਪਹਿਲੇ ਉਹਨਾਂ ਨੇ ਇੱਕ ਦੁਕਾਨ ਕਿਰਾਏ 'ਤੇ ਲਈ ਸੀ, ਅੱਜ ਉਸ ਨੂੰ ਜਿਹੜਾ ਹੈ ਬੜੀ ਇਮਾਨਦਾਰੀ ਦੇ ਨਾਲ, ਜਿਹੜਾ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਦੁਕਾਨਦਾਰ ਜੋ ਕਿਰਾਏਦਾਰ ਸੀ, ਉਹਨਾਂ ਨੇ ਦੁਕਾਨ ਉਹ ਖਾਲੀ ਕਰਕੇ ਮਾਲਕਾਂ ਨੂੰ ਜਿਹੜੀ ਆ ਉਹ ਚਾਬੀ ਸੌਂਪ ਦਿੱਤੀ ਹੈ। ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਮਾਨਦਾਰੀ ਜਿਹੜੀ ਉਹਨਾਂ ਨੇ ਵਿਖਾਈ ਹੈ ਇਹ ਉਹ ਕਿਰਾਏਦਾਰ ਨੇ। ਹਾਂਜੀ ਸਰ, ਕਦੋਂ ਦੁਕਾਨ ਤੁਸੀਂ ਲਈ ਸੀ ਜੀ? ਇਹ ਆਪਾਂ 2004 'ਚ ਲਈ ਸੀ ਜੀ, ਜੀ ਰਾਜਕੁਮਾਰ ਪੁਸਰੀ ਸਾਹਿਬ ਕੋਲੋਂ ਕਿਰਾਏ ਰੈਂਟ 'ਤੇ ਲਈ ਸੀ ਜੀ। ਉੱਥੇ ਆਪਾਂ ਵਧੀਆ ਕੰਮ ਕੀਤਾ, ਵਧੀਆ ਨਿਭੀ ਆਪਣੀ ਇਹਨਾਂ ਨਾਲ ਜੀ। ਅੱਜ ਆਪਾਂ ਮਤਲਬ 20 ਸਾਲਾਂ ਬਾਅਦ ਇਹਨਾਂ ਦੀ ਚਾਬੀ ਇਹਨਾਂ ਨੂੰ ਬਿਨਾਂ ਕੁਛ ਕਿਸੇ ਤੋਂ ਲੈ ਦਿੱਤੇ ਤੋਂ ਇਹਨਾਂ ਨੂੰ ਇਹਨਾਂ ਦੀ ਚਾਬੀ ਦੁਕਾਨ ਦੀ ਵਾਪਸ ਕਰ ਰਹੇ ਹਾਂ ਜੀ। ਆਪਾਂ ਆਪਦੇ ਸਾਹਮਣੇ ਦੁਕਾਨ ਹੋਰ ਲੈ ਲਈ ਸੀ, ਆਪਾਂ ਆਪਦਾ ਉੱਥੇ ਆਪਦਾ ਸਟੈਂਡ ਹੈ ਜੀ, ਆਪਦਾ ਬਿਜ਼ਨਸ ਕਰ ਰਹੇ ਹਾਂ। ਵਧੀਆ ਸਟੈਂਡ ਆ, ਬਹੁਤ ਵਧੀਆ ਰਿਹਾ ਇਹਨਾਂ ਨਾਲ ਮੇਰਾ 20 ਸਾਲ ਰਹੇ ਨੇ ਜੀ। ਕੋਈ ਇਹਨਾਂ ਨੂੰ ਉਲਾਂਭਾ ਨਹੀਂ, ਕੋਈ ਮੇਰਾ ਕੋਈ ਹੋਵੇ ਤਾਂ ਮੈਂ ਗੁਸਤਾਖੀ ਮਾਫ਼ ਕਰਨਾ ਜੇ ਕੋਈ ਜੀ ਤਾਂ ਕਿਸੇ ਚੀਜ਼ ਵੱਲੋਂ ਵੀ ਜੀ। ਜੋ ਇਹਨਾਂ ਵੱਲੋਂ ਲਿਖ ਪੜ੍ਹ ਕੀਤੀ ਗਈ ਸੀ, ਜੋ ਵੀ ਕਾਗਜ਼ੀ ਕਾਰਵਾਈ ਕੀਤੀ ਗਈ ਸੀ ਉਹ ਸਾਰੀ ਹੋ ਗਈ ਹੈ ਜੀ। ਮਤਲਬ ਅੱਜ ਤੋਂ ਬਾਅਦ ਜਿਹੜੀ ਹੈ ਉਹ ਦੁਕਾਨ ਤੁਸੀਂ ਚਾਬੀ ਇਹਨਾਂ ਨੂੰ ਵਾਪਸ ਦੇ ਰਹੇ ਹੋ? ਦੇ ਰਹੇ ਹਾਂ, ਵੇਖੋ ਤੁਹਾਡੇ ਸਾਹਮਣੇ ਜੀ, ਬੱਬੂ ਭਾਈ ਦੇ ਥਰੂ ਚਾਬੀ ਦੇ ਰਿਹਾ ਮੈਂ ਜੀ। ਆ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵੱਲੋਂ ਜਿਹੜਾ ਉਹ ਚਾਬੀ ਮਾਲਕਾਂ ਨੂੰ ਸੌਂਪੀ ਜਾ ਰਹੀ ਹੈ, ਤੇ ਜ਼ਰੂਰ ਇੱਕ ਮਿੰਟ ਦਾ ਸਮਾਂ ਆਪਾਂ ਉਹਨਾਂ ਦਾ ਵੀ ਲਵਾਂਗੇ। ਹਾਂਜੀ ਨਮਸਕਾਰ ਜੀ। ਹਾਂਜੀ, ਕਿਸ ਤਰ੍ਹਾਂ ਤੁਹਾਨੂੰ ਜਿਹੜਾ ਫੀਲ ਹੋ ਰਿਹਾ ਵੀ ਅੱਜ ਜਿਹੜੀ ਤੁਹਾਨੂੰ ਚਾਬੀ ਖੁਸ਼ੀ ਫੀਲ ਹੋ ਰਹੀ ਹੈ ਵੀ ਇਮਾਨਦਾਰੀ ਅਜੇ ਵੀ ਕਾਇਮ ਹੈ? ਇਹਨਾਂ ਨੇ ਬਗੈਰ ਕੋਈ ਮੇਰੇ ਕੋਲ ਲੈ ਦਿੱਤੇ, ਮੇਰੀ ਦੁਕਾਨ ਮੈਨੂੰ ਵਾਪਸ ਦੇ ਦਿੱਤੀ। ਇਸ ਤੋਂ ਉੱਤੇ ਖੁਸ਼ੀ ਕਦੇ ਕਿਸੇ ਮਾਲਕ ਨੂੰ ਨਹੀਂ ਮਿਲੀ ਹੋਣੀ, ਇਹ ਪਹਿਲਾ ਚਾਂਸ ਸੀ। ਕਿੰਨੇ ਸਾਲ ਹੋ ਗਏ ਜੀ? 20 ਸਾਲ ਦੇ ਲਗਭਗ। ਹਮੇਸ਼ਾ ਵੇਖਣ ਨੂੰ ਮਿਲਦਾ ਹੈ ਜਦੋਂ ਵੀ ਕੋਈ ਮਾਲਕ ਦੁਕਾਨ ਬਣਾਉਂਦਾ ਜਾਂ ਮਕਾਨ ਕਿਰਾਏ ਤੇ ਦਿੰਦਾ ਤਾਂ ਉਹਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਕਿ ਉਹ ਕੱਲ ਨੂੰ ਮੇਰੀ ਦੁਕਾਨ ਤੇ ਕਬਜ਼ਾ ਨਾ ਕਰ ਲਵੇ। ਨਹੀਂ, ਉਹ ਡਰ ਖਤਮ ਕਰ ਦਿੱਤਾ ਨਾ ਇਹਨਾਂ ਨੇ, ਬਗੈਰ ਕੋਈ ਲਏ ਮੈਨੂੰ ਦੁਕਾਨ ਵਾਪਸ ਦੇ ਦਿੱਤੀ। ਇਸ ਤੋਂ ਉੱਤੇ ਖੁਸ਼ੀ ਕੀ ਹੋ ਗਈ ਜੀ? ਇਹ ਅਸੀਂ ਖੁਸ਼ ਨਸੀਬ ਹੈ, ਸਾਨੂੰ ਇਹ ਜੇ ਕਿਰਾਏਦਾਰ ਮਿਲੇ। ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਵੀ ਇਹ ਜਿੱਥੇ ਵੀ ਕਿਸੇ ਕੋਲ ਵੀ ਹੈਗਾ ਕੋਈ ਕਿਰਾਏ ਤੇ ਚੀਜ਼, ਅੱਬਲ ਤਾਂ ਰੱਬ ਇਹਨਾਂ ਦੀ ਸਾਰੀ ਆਦੀ ਪ੍ਰੋਪਰਟੀ ਬਣਾਵੇ ਜੀ। ਕਦੇ ਲੈਣ ਤਾਂ ਇਹ ਸਾਡਾ ਰਿਕਾਰਡ ਹੋਵੇਗਾ ਵੀ ਇਹ ਉੱਥੇ ਪੇਸ਼ ਕਰਕੇ ਵੀ ਆ ਉਹਨਾਂ ਨਾਲ, ਸਾਡੇ ਕੋਲ ਜੋ ਕਮਾਉਣਾ ਚਾਹਣਗੇ ਵੀ ਇਸ ਤੋਂ ਇਮਾਨਦਾਰ ਬੰਦਾ ਕਿਰਾਏਦਾਰ ਤੁਹਾਨੂੰ ਨਹੀਂ ਮਿਲ। ਧੰਨਵਾਦ ਜੀ। ਤਾਂ ਕੁਛ ਹੋਰ ਗਲੀ ਦੇ ਲੋਕ ਵੀ ਇੱਥੇ ਮੌਜੂਦ ਨੇ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਲੋਕ? ਜੋ ਕੁਛ ਹੋਇਆ ਬਹੁਤ ਵਧੀਆ ਹੋਇਆ ਜੀ, ਉਹ ਵੀ ਇਮਾਨਦਾਰ ਨੇ, ਇਹ ਵੀ ਇਮਾਨਦਾਰ ਨੇ, ਤੇ ਇਹ ਇਹਦੇ ਵਿੱਚ ਕਿਰਾਏਦਾਰੀ ਦੇ ਵਿੱਚ ਵਾਧਾ ਨਿਕਲੇਗਾ ਬਹੁਤ। ਧੰਨਵਾਦ ਜੀ। ਤਾਂ ਤੁਸੀਂ ਦੇਖਿਆ ਕਿੰਨੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਨੇ ਦੁਕਾਨ ਅੱਜ ਤੋਂ 20 ਸਾਲ ਪਹਿਲੇ ਲਈ ਸੀ, ਅੱਜ ਉਹਨਾਂ ਨੇ ਬਿਲਕੁਲ ਸਾਰਾ ਕੁਛ ਵੀ ਲਏ ਦਿੱਤੇ ਬਿਨਾਂ ਜਿਹੜਾ ਉਹਨਾਂ ਨੂੰ ਦੁਕਾਨ ਦੀ ਚਾਬੀ ਜਿਹੜੀ ਹੈ ਵਾਪਿਸ ਸੌਂਪ ਦਿੱਤੀ ਹੈ। ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਮਿਸਾਲ ਕਾਇਮ ਕੀਤੀ ਹੈ, ਇਮਾਨਦਾਰੀ ਜਿਹੜੀ ਹੈ ਅੱਜ ਵੀ ਉਹ ਜਿੰਦਾ ਹੈ। ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲਦਾ ਹੈ ਕਿ ਲੋਕ ਜਦੋਂ ਵੀ ਕੋਈ ਨਾ ਕੋਈ ਦੁਕਾਨ ਜਾਂ ਮਕਾਨ ਕਿਰਾਏ 'ਤੇ ਲੈਂਦੇ ਆ ਤਾਂ
ਉਹ ਹਮੇਸ਼ਾ ਜਿਹੜਾ ਉਸ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕੁਛ ਨਾ ਕੁਛ ਮੰਗ ਕਰਦੇ ਆ, ਤਾਂ ਉਸ ਤੋਂ ਬਾਅਦ ਦੁਕਾਨ ਜਿਹੜੀ ਆ ਮਕਾਨ ਖਾਲੀ ਕਰਨਗੇ। ਤੇ ਇਹਨਾਂ ਨੇ ਬਿਨਾਂ ਲੈ ਦਿੱਤੇ ਉਸ ਦੁਕਾਨ ਨੂੰ ਖਾਲੀ ਕੀਤਾ, ਤਾਂ ਬੜੀ ਇੱਕ ਅੱਛੀ ਗੱਲ ਸੀ ਉਹ, ਤਾਂ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਜ਼ਰੂਰੀ ਸਮਝੀ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਫਾਜ਼ਿਲਕਾ ਦੀਆਂ ਅਪਡੇਟ ਤੁਹਾਨੂੰ ਅਸੀਂ ਲਗਾਤਾਰ ਦਿੰਦੇ ਰਹਾਂਗੇ। ਬਣੇ ਰਹੋ ਸਰਦ ਕੇਸਰੀ ਲਾਈਵ ਦੇ ਨਾਲ। ਧੰਨਵਾਦ।